ਉਹ ਸ਼ਾਰਪ ਨੀਡਲ ਹੁੰਦੀ ਹੈ ਨਾ ਸਿਰਿੰਜ ਨਾਲ ਇੰਜੈਕਸ਼ਨ ਨਾਲ ਕੱਢਿਆ ਹੋਣਾ ਬਲੱਡ। ਪਰ ਤੁਸੀਂ ਹੁਣ ਬਾਂਹ ਤਾਂ ਸਹੀ ਹੈ, ਹੁਣ ਤੁਸੀਂ ਕਿਉਂ ਬਾਰ ਬਾਰ ਹੋਲਡ ਕੀਤਾ? ਸਵੇਰ ਦਾ ਬਲੱਡ ਲਿੱਤਾ ਹੋਇਆ ਤਾਂ ਹਜੇ ਵੀ ਪੇਨ ਹੁੰਦੀ ਹੈ? ਫਿਰ ਇੱਕ ਵਨ ਸਾਈਡ ਆਲਰੇਡੀ ਲੈ ਗਈ, ਦੂਜੀ ਸਾਈਡ ਨੂੰ ਫੜ ਕੇ ਦੇਖੋ ਸੀ ਇੱਕ ਵਾਰ, ਉਹ ਆਲਰੇਡੀ ਗਮ ਉਹਦੀ ਵੀ ਰਿਮੂਵ ਹੋ ਗਈ ਹੋਈ ਹੈ ਗਮ। ਪੁੱਤਰਾ ਉਹਦੀ ਹੋ ਗਈ ਹੋਈ ਹੈ ਗਮ ਰਿਮੂਵ, ਸੁਣੇ? ਹਾਂ ਦੇਖ ਲੈ, ਚਾਹੇ ਆਪ ਹੀ ਦੇਖ ਲੈ, ਨਹੀਂ ਪਾਪਾ ਨਹੀਂ ਟੱਚ ਕਰਦੇ, ਸ਼ੋਰ ਆ, ਆਪ ਹੀ ਦੇਖ ਲਓ। ਹਾਂ ਮਾੜੇ ਜਿਹੇ ਕਰਕੇ ਦੇਖ ਲਾ ਬਸ, ਜਿਵੇਂ ਪੇਪਰ ਦੀ ਜਿਵੇਂ ਸਟਿੱਕਰ ਰਿਮੂਵ ਕਰਦੀ ਹੁੰਦੀ ਉੱਦਾਂ ਦੇਖ। ਉਹ ਪੁੱਤ ਜਿਵੇਂ ਸਟਿੱਕਰ ਰਿਮੂਵ ਕਰਦੀ ਨਾ ਉੱਦਾਂ ਹੋ ਗਿਆ ਨਹੀਂ, ਉਹ ਤਾਂ ਮੈਂ ਮੋਬਾਈਲ ਚੈੱਕ ਕਰਦਾ ਪਿਆ ਸੀ ਮੈਸੇਜ। ਨਹੀਂ ਪੀਣ ਲੱਗਦੀ ਪੁੱਤ, ਨਹੀਂ ਪੀਣ ਲੱਗਦੀ। ਨਾ ਇੱਕ ਸਾਈਡ ਤਾਂ ਪੱਟੀ ਲੱਗੀ ਹੋਈ ਹੈ, ਹੁਣ ਤੁਸੀਂ ਕੀ ਕਰਨਾ ਚੀਜ਼ ਨੂੰ?